ਜਿਹੜੇ ਜ਼ਹਰਾ ਦੀਆਂ ਧੀਆਂ ਨੂੰ ਪੁਰਸਾ ਡੇਵਣੇ ਬੈਠੇ ਬੇ ਮੌਸਮੀਆਂ ਲੁੱਟੀਆਂ ਨਾਲ ਸ਼ਹਿਨਸ਼ਾਹ ਦੀਆਂ ਸ਼ਰੀਫ ਧੀਆਂ ਮੈਨੂੰ ਮਿੰਬਰ ਦੀ ਕਸਮ ਅੱਲਾਹ ਦੇ ਦੀਨ ਦੀ ਖਾਤਰ ਕਹਿ ਨਬੀ ਦੇ ਪੁੱਤਰ ਨਹੀਂ ਰੁੱਲੇ ਜਿਵੇਂ ਅਲੀ ਸ਼ਹਿਨਸ਼ਾਹ ਦੀਆਂ ਧੀਆਂ ਰੁੱਲ ਗਈਆਂ ਇੱਕ ਵਹਿਣ ਪੜਦਾ ਪਤਾ ਹੈ ਸਾਡੀ ਧਰਤੀ ਮਸਾਹਿਬ ਦੇ ਆਸ਼ਿਕ ਲੋਕ ਤਸ਼ਰੀਫ ਫਰਮਾਏ ਤੋ ਮੈਂ ਦੋ ਵਹਿਣ ਪੜ ਜਾਵਾਂ ਹੋ ਸਕਦੇ ਤੇਰੀ ਅਕੀਦਤ ਅਲੀ ਐਸੀ ਹੰਝ ਹੋਵੇ ਜਿਹੜਾ ਕਬਰ ਤੇਰਾ ਜ਼ਰੀਆ ਨਜਾਤ ਬਣ ਜਾਵੇ ਸ਼ਾਮ ਦੀ ਰੁੱਲੀ ਹੋਈ ਸ਼ੈਣ ਦਾ ਇੱਕ ਵਹਿਣ ਪੜਦਾ ਡਿੱਠੀ ਭੀੜ ਕਸੀ ਮੁੱਕ ਗਿਆ ਬਾਜ਼ਾਰ ਬੜਾ ਹੀ ਅਮੀਰ ਬੰਦਾ ਹੈ ਜਿਹੜਾ ਹਾਏ ਨਹੀਂ ਕਰ ਸਕਿਆ ਮੈਂ ਆਖਿਆ ਮੁੱਕ ਗਿਆ ਬਾਜ਼ਾਰ ਜਿਹੜਾ ਬੰਦਾ ਹਾਏ ਨਹੀਂ ਕਰ ਬਿਸਮਿਲਾ ਕਰਾ ਬਿਸਮਿਲਾ ਕਰਾ ਬਿਸਮਿਲਾ ਕਰਾ ਚਾਚਾ ਮੁਲਾਜ਼ਮ ਤੁਸੀਂ ਗੱਲ ਬੜੀ ਔਖੀ ਕੀਤੀ ਹੈ ਉਹਨਾਂ ਫਰਮਾਇਆ ਕਿਤਨੀ ਦੇਰ ਲੱਗੀ ਹੈ ਅਸ ਉਸ ਬਾਜ਼ਾਰ ਚ ਗੁਜ਼ਰੇ ਹਾਂ ਉਹ ਮੈਂ ਸਦਕੇ ਹੋ ਜਾਵਾਂ ਅਸਾਂ ਆਰਾਮ ਦੇ ਨਾਲ ਹੀ ਗੁਜ਼ਰੇ ਹਾਂ ਤੇ ਸਾਨੂੰ ਤਕਰੀਬਨ 5 ਮਿੰਟ ਲੱਗੇ ਹੋਸੇ ਜ਼ਿਆਦਾ ਤੋਂ ਜ਼ਿਆਦਾ 5 ਮਿੰਟ ਹੀ ਲੱਗੇ ਹੋਸੇ ਲੇਕਿਨ ਮੈਂਬਰ ਦੀ ਕਸਮ ਹੈ ਜਦੋਂ ਅਲੀ ਦੀ ਧੀ ਗੁਜ਼ਰੀ ਹੈ ਅਲੀ ਦੀ ਧੀ 15 ਹਜ਼ਾਰ ਨਾਲ ਸੁਣੀ ਹੈ ਉਹ ਮੈਂ ਸਦਕੇ ਹੋ ਜਾਵਾਂ ਚਲੋ ਅੱਜ ਹਰ ਬੰਦੇ ਦੀ ਹਾਏ ਨਹੀਂ ਨਿਕਲੀ ਕਈ ਬੰਦੇ ਸੁੱਚੇ ਦੇ ਬੈਠੇ ਜੋ ਅੱਲਾ ਜਾਣੇ ਕਿਹੜਾ ਲਫ਼ਜ਼ ਉਸ ਦੀ ਜਿਹਦੇ ਉੱਤੇ ਮੈਂ ਹੈ ਕਰੇ ਸਾਂ ਬਾਜ਼ਾਰ ਦੀ ਬਾਬਾ ਜੀ ਕੋਈ ਕੋਈ ਜਾ ਇਹੋ ਜਿਹੀ ਆਵੇਂਦੀ ਆਈ ਜਿੱਥੇ ਮੇਰੀ ਸਹਿਣ ਇੰਜ ਟੁਰੀ ਏ ਜਿਵੇਂ ਹੁਸੈਨ ਬਾਦਸ਼ਾਹ ਅਕਬਰ ਦੀ ਲਾਜ ਭਲਾ ਹੋਵੇ ਹਾਂ ਬਿਸਮਿਲਾ ਕਰਾਂ ਰੋ ਨਹੀਂ ਸਕਦਾ ਹਾਏ ਤੇਰੇ ਵਾਸਤੇ ਚ ਇਤਨੀ ਹਾਏ ਕਰ ਛੋੜੀ ਜੁਨਾਲ ਅੱਲਾ ਬੈਠ ਬਿਸਮਿਲਾ ਕਰਾਂ ਬਿਸਮਿਲਾ ਕਰਾਂ ਦੀਆਂ ਬਤੂਲ ਦੀਆਂ ਤੁਹਾਡੇ ਤੇਰਾ ਦੀ ਹੋਵੇ ਮੈਂ ਨਹੀਂ ਪੜਦਾ ਬਾਜ਼ਾਰ ਮੈਂ ਹੀ ਉਹ ਕੁਜਾਦਾ ਜਿਹੜਾ ਔਖਾ ਹਾਈ ਅਲੀ ਦੀ ਧੀ ਆਈ ਗੁਜ਼ਰ ਗਈ ਉੱਥੇ ਆ ਖੜੀਏ ਜਿੱਥੇ ਆਵਣ ਦੇ ਲਾਇਕ ਨਹੀਂ 9 ਘੰਟੇ ਕਾਇਨਾਤ ਦਾ ਵੱਡਾ ਕਮੀਨਾ ਤਖਤ ਬਹਿ ਕੇ ਸ਼ਰਾਬ ਪੀਂਦਾ ਰਿਹਾ ਭਾਈ ਵਕਾਸ ਤੇ ਇਸ ਹਾਲਤ ਵਿੱਚ ਖੜੀਆਂ ਰਹੀਆਂ ਜ਼ਹਰਾ ਦੀਆਂ ਨੂੰਹਾਂ ਤੇ ਉਹ ਆਇਆ ਹੀ ਨਹੀਂ ਜਿਹੜਾ ਹੁਣ ਤੱਕ ਹਾਏ ਨਹੀਂ ਕਰ ਸਕਿਆ ਮੈਨੂੰ ਮਿੰਬਰ ਦੀ ਕਸਮ ਹੈ ਜਦਾਂ ਨਮਾਜ਼ ਪੜੀ ਕਰੋ ਨਾ ਇਸ਼ਾ ਦੇ ਟਾਈਮ ਬਿਲਖਸੂਸ ਸ਼ਾਮ ਵਾਲੇ ਪਾਸੇ ਮੂੰਹ ਕਰਕੇ ਇੱਕ ਵੇਰੀ ਸਾਰੇ ਜੀਅ ਜਨਾਬੇ ਫਿਜ਼ਾ ਦਾ ਸ਼ੁਕਰੀਆ ਅਦਾ ਜ਼ਰੂਰ ਕਰੋ ਬਿਲਖਸੂਸ ਜਿਹੜੇ ਸੈਯਦ ਬੈਠੇ ਹੋ ਇਹ ਉਹ ਮੌਸਨੇ ਸਾਦਾਤ ਬੀਬੀਏ ਜਿਸ ਦਰਬਾਰੇ ਯਜ਼ੀਦ ਦੇ ਵਿੱਚ ਥੱਕ ਕੇ ਹਰ ਬੀਬੀ ਕਈਆਂ ਲਈ ਸਿੱਧਾ ਪੇਰੀ ਚ ਆਇਆ 9 ਘੰਟੇ ਦਾ ਜੋ ਨਿਰਵਾਰ ਆਈ ਤੇ 9 ਘੰਟੇ ਖੜੋਤੀਆਂ ਰਹੀਆਂ ਹਰ ਬੀਬੀ ਥੱਕ ਕੇ ਕਈ ਵੇਲੇ ਸੱਜਾ ਪੇਰ ਹੀ ਚਾਇਆ ਕਈ ਵੇਲੇ ਖੱਬਾ ਪੇਰ ਵੀ ਚਾਇਆ ਮੈਨੂੰ ਮਿੰਬਰ ਦੀ ਕਸਮ ਹੈ ਨਾ 9 ਘੰਟੇ ਜਨਾਬੇ ਫਿਜ਼ਾ ਥੱਕ ਕੇ ਨਾ ਸੱਜਾ ਪੇਰ ਚਾਇਆ ਨਾ ਖੱਬਾ ਪੇਰ ਚਾਇਆ ਕਿਉਂ ਨਿਸ ਚਾਇਆ ਬੀਬੀ ਆਦੀ ਆਈ ਹੋ ਸਕਦਾ ਹੈ ਮੈਂ ਪੈਰ ਚਚਾਵਾ ਕਹੇ ਹਰਾਮੀ ਦੀ ਨਿਜਸ ਨਿਗਾਹ ਆਲੀਆ ਦੇ ਕਦਮਾਂ ਤੇ ਨਾ ਭਲੋ ਵੇ ਸ਼ਰਮਾ ਕੇ ਨਹੀਂ ਬਾਈ ਸ਼ਰਮਾ ਕੇ ਨਹੀਂ
जेड़ा मातम सवाब समझेंदे बिस्मिल्ला करा पता नहीं हो सकते बात कदे तेन जिक्र नसीब होवे हालात जो ऐसे कोशिश करें जो इतनी हाय कर छोड़ी जो अली दी धी तेरे तेराजी होके जावे शहीद मिल्लत अलामा नासिर अब्बास मुल्तान अले लफ्ज बाबा जी उन्होंने याद आ गए अल्लाह इन्ना जुमले दे सदका उन्होंने दर्जात बुलंद फरमावे मैं पीछे बैठा उस उन्हें लफ्ज आके हैं तकरीबन एक दो मिनटों खामोश रहे ते मजले से गिरिया जारी रही लफ्ज में जिथे पढ़े बंदा रो न सके हाय जरूर करें उन्हें मजले से पढ़े हा जो अली दी धी दे दो परदे आए बिस्मिल्लाह करा उन्हें फरमाया अली दी धी दे दो परदे आए एक अमीरी दा एक गरीबी दा उन्हें पढ़िया अमीरी के परदे का नाम है अब्बास अमीरी दा पर्दा करबला झण पिया ते गुरबत दा पर्दा लेके उठिया खड़ी जिथे आवण दे लायक नहीं चलो मैं होर जुमले छोड़ देवा गर्मी डाढ़ी है ताकि मैं ज्यादा लंबा ना पड़ जावा क्योंकि मेरी बानी दी असीयत है मैं इतना कुछ ज्यादा मैं 15 मिनट दा मज़मून पे छुड़े ना कातिल इनाम तू रुसदे रहे भेणा चुप करके डर के रहिया आ भाई ज़हीर अब्बास बानी है मजले से मैं दो वेण कर जावा कातिल इनाम तू रुसदे रहे मक्तूल दिया भेणा चुप करके डर दिया रहिया मैं वो जगह भी डिठी है वो कटहरा भी डिठे तकरीबन 17 पौड़ियां इस कमीने दा तक दे ते जिथे खड़िया रही है ना अल्लाह तुन शाम ले जावे मैं झोली चा के दुआ पे करे ना मैं बहन ते बिरात जवारा मैं दुआ ही कर सकदा मौला तुन शाम ले जावे ते उस जा ते वन के जरूर वन के एक वेरी कोसला में जिथे खड़िया रही है असा भाई जैन बाद सर्दियां दे विच गए हैं लेकिन जिथे खड़िया रही है ना आज भी हो जा करा जेड़े शाम गए उन्हें तू तस्दीक करवा लेना जिथे खड़िया रही है ना आज भी हो जा करा में मैं सदके हो जावा कातिल रुस दे खड़े मकतूल दिया बहना चुप करके दे दिया रही आखिर ते जदा शिमर नु इनाम मिले ना इस त्रै बार इनाम जमीन ते सट्टा है ते त्रै बहना चुप करके दिखा है जिगर तो उस बहन दा ही ना अल्लाह जाने जिगर फट ना क्यों सी जिस बिरा दा कातिल इनाम तो रुसे हो सी इस इनाम जमीन ते सट्टे मेरी सैन ज़ैनब आलिया दी अतलिया जमीन ते आ लगी है ना ते रो क्या दी अम्मा फिजा मंग दुआ इंशाल्लाह मैं ज़ैनब मर जावा बीबी याद ये सामने तड़े एक मेरे बिरावा दे कातिल इनाम तो रुस दे कड़े ते मैं की हो जाई बहना मैं केड़ी मजबूर बहना जड़ी चुप करके दे दी खड़िया त्रै दफे इस कमीने नु इनाम मिलिया शिमर इनाम जमीन ते सटे यजीद जे बगैर तक टूटी क्या दे करबला च केड़ा वड्डा कम कीते दे क्या दे तू अजा दे मैं करबला च केड़ा वड्डा कम कीते तैन पता नहीं मैं 13 ज़रबा नाल उस नु मारया जिनु कोई ना मरेंदा जदे साकेम ने मैं 13 ज़रबा नाल उस नु मारया जिनु कोई ना मरेंदा यजीद तक टूटी है शिमर दड़े क्या दे बकवास बंद कर मैं तई में सुने हुसैन उस वेले दा मर गया जदा अकबर दी लाज ते आ सदके 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 भलो वे भाई धिया बतूल दिया तोड़े तेरा दियो मैं हद में तई में सुने हुसैन उस वेले दा मर गया जदा अकबर दी लाज ते आई डे क्या दे गल ठीक है लेकिन तन पता नहीं तेरे अठ कातिल वल गए हैं उत्थे मारन दी जुरत कोई नहीं करेंदा ए जाले मादे मैं मारे अद बाद भरे दरबार दे विच कोई मौके दे गवाह पेश कर सकदे हैं जिन्हां दियां भैणें या धीएं तमीद आखरी लफ्ज में मैं शुरू पे करे ना आदे मैं तेरे दरबार दे विच दो ऐसे गवाह पेश करा जिनू तेरे भरे दरबार च कोई रद्द कर ही नहीं सकदा यजीद या कुत्ता हैरान हो के आदे मेरे दरबार ही ते आदे केड़े नहीं गवाह आदे दो मौके दे गवाह हैं हाथ दे इशारा करके आदे एक भैण सदके सदके जिन्होंने जुमले दी समझ आई उन्होंने दी हाय निकल गई आदे इशारा करके आदे एक भैण दूजी धी आदे ओ किवें जालिम आदे जद मैं हुसैन बादशाह दी ज़ुल्फ़ां च हाथ पाया ही ना आदे 70 कदम दे फासले ते भैण कुरान दिखांदी आई दी खंजर च हाथ पा के आ दी आई जालिम न मार मैं उजड़ी दा तसा बाब सदके 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 रोसे इतना जितना ली दिया थी चांदियां ए हैरान हो क्या दे क्या ओ भेण ते दी अज जींदियां वदियां आदे हा कहदी करके मैं तेरे दरबार च लया कित खड़ियां आदे इशारा करके आदे जेड़ी दी ए ना ओ भरा ना रस्सियां पाई खड़ी है
جڑی بہن ہے او جڑی ضعیفہ کھڑی ہے اون دی کن دا اولہ بنا کے کھڑی ہے اے ظالماں دے میرے دربار وچ کوئی پردیاں دی لوڑ تکائی نہیں اے ظالماں دے وہی ضعیفہ ہتا آلیہ میرے سامنے لایا اے ظالماں دے میں دیکھنے جڑی ماں دے او لیکن کے پیو تو مسئلے پوچھ دی آئی او زینب کیڑی ہے میں نو منبر دی قسم 93 چگا لیا اینو شمار بغیر تر اینو فضا آسمان دے پاسے منہ کیتا ہے آسمان دے پاسے منہ کر کے آ دیا میں ڈالا صدقے دھی علی دی راضی ہو جدا سے مر بے گارا ٹڑا جدا قریب ہے دے کیا دے ضعیفہ مر جا سے ہتوان بی بی آدھی ہے مر جا سا زہرا دی دھی دا پردہ نہ چھڑے سا میں نو میں مر دی قسم میرے لاکھیا لے ہوئے جناب فضا دے ہتھا تے تازیہ نے مارنے شروع کی دے لے اُلنا ہتھا تے تازیہ نے لگ دے رہے جلنا ہتھا نال بطول دے گھر دیا چکیاں پی دیا ہیا صدقے بسم اللہ کرا جڑا ثواب سمجھے دے ماتم کرے بسم اللہ کرا روامن مقصد ہے کوئی مارن مقصد نہیں حقیقت دے گری اتنے ہوں دین اس ویلے دربار چو سفیر روم اٹھیا ہے اے ظالم دے پاس دے کیا دے کمینہ اے ضعیفہ تو ظلم ہٹا اس بے غیرت لے سارا جیتا ہے کمینہ واپس دیے اس ویلے سفیر روم آدے اے ظالمہ منوے علی دی تھی پیو دے لہجت بولیے سفیر نے موت ماتم کرنا شروع کیتا ہے